ਇੱਕ ਜਿਵੇਂ ਆਪਣਾ ਬਾਰਡਰ ਏਰੀਆ ਆ ਗਿਆ ਜੀ ਉਹ ਜੋ ਉੱਪਰ ਕਹਿੰਦੇ ਜਮੀਨਾਂ ਗੈਰ ਮਰੂਸੀ ਜਮੀਨਾਂ ਕਿਹੜੀਆਂ ਹਨ ਜੋ ਪਾਕਿਸਤਾਨ ਬੰਨ ਸਮੇਂ ਲੋਟ ਹੋਈਆਂ ਸੀ ਗੈਰ ਮਰੂਸੀ ਦੀ ਜੀ ਕਹਿ ਸਕਦੇ ਆਪਾਂ ਉਹ ਜਮੀਨਾਂ ਜਿਹੜੀਆਂ ਜਿਹੜੇ ਬੰਦੇ ਸਪੋਜ਼ ਕਰੋ ਪਾਕਿਸਤਾਨ ਤੋਂ ਆਏ ਨੇ ਇੱਧਰ ਹਾਂਜੀ ਇੱਧਰੋਂ ਪਾਕਿਸਤਾਨ ਚ ਵਾਗੇ ਬੰਦੇ ਜਿਹੜੇ ਮੁਸਲਮਾਨ ਸੀ ਹਾਂਜੀ ਹਾਂ ਜਿਹੜੀਆਂ ਮੁਸਲਮਾਨਾਂ ਦੇ ਜਮੀਨਾਂ ਇੱਧਰ ਰਹਿ ਗਈਆਂ ਸੀਆਂ ਹਾਂਜੀ ਮੁਸਲਮਾਨ ਉੱਧਰ ਵਾਗੇ ਜਮੀਨਾਂ ਉਹਨਾਂ ਦੀ ਹੋ ਰਹੀਆਂ ਸੀਆਂ ਜਿਹੜੇ ਬੰਦੇ ਆਪਣੇ ਉੱਧਰੋਂ ਇੱਧਰ ਆਏ ਉਹਨਾਂ ਨੂੰ ਜਮੀਨਾਂ ਮੁਸਲਮਾਨਾਂ ਵਾਲੀਆਂ ਅਲਾਟ ਕੀਤੀਆਂ ਗਈਆਂ ਨੇ ਠੀਕ ਹੈ ਜ ਜਿਹੜੀ ਮੁਸਲਮਾਨਾਂ ਦੇ ਦੀ ਇਹ ਨਹੀਂ ਹੈਗਾ ਵੀ ਜਿਹੜੇ ਆਪਾਂ ਪਰਸਨਲ ਇੱਧਰ ਪਹਿਲਾਂ ਲੋਕ ਬੈਠੇ ਨੇ ਉਹਨਾਂ ਦੀ ਕੋਈ ਜ਼ਮੀਨ ਅਲਾਟ ਹੋ ਜੂਗੀ ਉਹ ਨਹੀਂ ਅਲਾਟ ਹੋਈਆਂ ਠੀਕ ਆ ਜਿਹੜੀਆਂ ਮੁਸਲਮਾਨਾਂ ਵਾਲੇ ਕੁ ਸਟੋਰੀਆਂ ਜ਼ਮੀਨਾਂ ਸੀ ਜਿਹੜੀ ਕਿ ਮੁਸਲਮਾਨਾਂ ਵਾਲੀਆਂ ਦੀਆਂ ਹਾਂਜੀ ਹਾਂ ਉਹ ਵਖਬੂੜ ਵਾਲੀ ਨਹੀਂ ਅਲਾਟ ਹੁੰਦੀ ਜਿਹੜੀਆਂ ਇਹ ਹੁੰਦੀਆਂ ਤੇ ਉਹ ਅਲਾਟ ਹੋਈਆਂ ਰਾਜੀ ਮਤਰੁਕਾ ਆਤੀਆਂ ਜਿਹੜੀਆਂ ਰਾਜੀ ਮਤਰੁਕਾ ਬਣਾਈ ਸੀ ਉਹ ਜਿਹੜੀ ਕਿ ਮੁਸਲਮਾਨਾਂ ਦੀ ਮਾਲਕੀ ਤੋਂ ਅੱਛਾ ਜੀ ਮੁਸਲਮਾਨਾਂ ਨੇ ਨੌ ਖਤਮ ਕਰਕੇ ਰਾਜੀ ਮਤਰੁਕਾ ਬਣਾਈ ਗਈ ਸੀ ਉਹ ਜ਼ਮੀਨ ਉਹ ਚੋਂ ਫਿਰ ਅਲਾਟ ਕੀਤੀ ਹੈ ਨੇ ਜਿਹੜੇ ਬੰਦੇ ਇੱਧਰ ਆਏ ਨੇ ਉਹਨਾਂ ਦਾ ਉਧ ਕਿਹੜੀ ਕੀਮਤ ਦੀ ਜ਼ਮੀਨ ਸੀ ਉਹਦੇ ਹਿਸਾਬ ਨਾਲ ਫਿਰ ਇਧਰ ਲੱਗਦੀ ਹੈ ਓਕੇ ਜੀ ਇਸ ਸਟੋਰ ਤੇ ਜ਼ਮੀਨ ਸਬੰਧੀ ਏ ਟੂ ਜ਼ेड ਜਾਣਕਾਰੀ ਦੇ ਲਈ ਆਪਾਂ ਇੱਕ ਕੋਰਸ ਬਣਾਤਾ ਜਿਹਦੇ ਵਿੱਚ 40 ਵਕ ਵਕ ਵਿਸ਼ੇ ਦੇ ਵੀਡੀਓ ਨੇ ਇਸ ਤੋਂ ਬਿਨਾ ਹੋਰ ਵੀ ਵੀਡੀਓ ਨੇ ਟੋਟਲ 134 ਵੀਡੀਓ ਨੇ ਤੁਸੀਂ ਸਾਰੀ ਜਾਣਕਾਰੀ ਘਰ ਬੈਠ ਕੇ ਕਿਤੇ ਵੀ ਫੋਰਨ ਕੰਟਰੀਆਂ ਉਦੇਸ਼ ਹੋ ਵਿਦੇਸ਼ ਹੋ ਬੈਠ ਕੇ ਪਲੇ ਸਟੇ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਜਾਣਕਾਰੀ ਤੁਸੀਂ ਆਏ ਦੋਸਤਾਂ ਨਾਲ ਸਾਂਝਾ ਕਰਦੇ ਆਂ ਤੇ ਅੱਜ ਆਪਾਂ ਹੋਰ ਤੁਹਾਡੇ ਨਾਮੇ ਸਵਾਲ ਲੈ ਕੇ ਆਏ ਜਿਨੇ ਵੀ ਤੁਸੀਂ ਨੇ ਸਵਾਲ ਕੀਤੇ ਹੋਏ ਨੇ ਕਾਫੀ سارے ਸਵਾਲ ਲੈ ਕੇ ਆਇਆ ਤੇ ਬੇਨਤੀ ਆ ਕਿ ਸਵਾਲ ਛੋਟਾ ਕਰਿਆ ਕਰੋ ਤੇ ਪਿਆਬੀ ਭਾਸ਼ਾ ਦੇ ਵਿੱਚ ਕਰਿਆ ਕਰੋ ਤੇ ਸਾਰੇ ਦੋਸਤਾਂ ਦਾ ਸਰਦਾ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰੇ ਸਰੋਤੇ ਨਾ ਤੇ ਹਾਂਜੀ ਸਰ ਆਪਣਾ ਪਹਿਲਾ ਸਵਾਲ ਆ ਕਿ ਪਿਓ ਦੀ ਜ਼ਮੀਨ ਵਿੱਚੋਂ ਦਾਦੀ ਹਿੱਸਾ ਲੈ ਸਕਦੀ ਆ ਜ਼ਮੀਨ ਚੋਂ ਦਾਦੀ ਨੂੰ ਦਾਦੀ ਨੂੰ ਤਾਂ ਜਾਊਗਾ ਉਹਦੀ ਜਿਹੜਾ ਬੰਦਾ ਮਰਿਆ ਉਹਦੀ ਤਾਂ ਮਾਂ ਹੋਗੀ ਨਾ ਹਾਂਜੀ ਉਹਨੂੰ ਤਾਂ ਜਾਊਗਾ ਠੀਕ ਆ ਜਿਹੜਾ ਬੰਦਾ ਮਰਿਆ ਉਹਦੀ ਮਾਂ ਨੂੰ ਹਿੱਸਾ ਜਾਂਦਾ ਹੈ ਠੀਕਾ ਕਰੜੀ ਨੂੰ ਵੀ ਜਾਂਦਾ ਮਾਣੂ ਵੀ ਜਾਂਦਾ ਬੱਚਾ ਨੂੰ ਵੀ ਜਾਂਦਾ ਠੀਕ ਨਹੀਂ ਆਦਰਵਾਇਜ਼ ਜਿਹੜਾ ਹੁਣ ਇਹ ਮਤਲਬ ਇਥੇ ਪਿਓ ਦੀ ਮੈਂ ਗੱਲ ਕਰ ਰਿਹਾ ਪਿਓ ਦੀ ਵਿਰਾਸਤ ਹੈ ਹਾਂਜੀ ਉਹ ਮੁੰਡੇ ਦੀ ਤਾਂ ਦਾਦੀ ਹੋਊਗੀ ਨਾ ਜਿਹਦੇ ਜਿਹਦਾ ਪਿਓ ਹੈ ਹਾਂਜੀ ਹਾਂ ਉਹਦੇ ਤਾਂ ਜਾਨੀ ਕਿ ਮਾਂ ਹੋਗੀ ਨਾ ਜਿਹੜਾ ਮਰਿਆ ਹਾਂਜੀ ਹਾਂ ਉਹਨੂੰ ਤਾਂ ਹਿੱਸਾ ਜਾਊਗਾ ਉਹਨੂੰ ਜਾਊਗਾ ਠੀਕ ਹੈ ਜੀ ਤੇ ਜ਼ਮੀਨ ਦਾ ਇੱਕ ਕੀਲਾ ਤੇ 12 ਉਹਦਾ مالک ਆ ਪਰ ਉਹਦੇ ਹਿੱਸੇ ਅਡ-ਅਡ ਨੇ ਮਤਲਬ 8 ਹਿੱਸੇ ਬਣ ਰਹੇ ਨੇ ਜਿਵੇਂ ਕੋਈ 1/3 1/5 1/7 ਕੀ ਉਹ ਸਾਰੇ ਨੰਬਰਾਂ ਦਾ ਇੱਕ ਨੰਬਰ ਬਣ ਸਕਦਾ ਨਹੀਂ ਨੰਬਰ ਤਾਂ 12 ਹੈ ਨਾ ਉਹ ਚ ਹਿੱਸੇਦਾਰ ਵੱਖਰੇ ਕਿ ਕੋੜਾ 2 1/3 1/10 1/15 ਐ ਬਣੇ ਹੋਏ ਹਿੱਸੇ ਹਾਂਜੀ ਉਹ ਤਾਂ ਇਸੇ ਹੀ ਰਹਿਣਗੇ ਉਹ ਹਿੱਸੇ ਕਿਵੇਂ ਚੇਂਜ ਹੋਣਗੇ مالک ਤਾਂ ਸਪੋਜ਼ ਕਰੋ ਉਸ 10 ਮਾਲਕ ਨੇ ਇੱਕ ਕਿਲੇ ਚ ਨਹੀਂ ਨਹੀਂ ਸਰ ਹਾਂਜੀ ਹਾਂਜੀ ਮਤਲਬ ਆ ਇੱਕ ਕਿਲਾ ਇਹ ਤੇ ਹੀ ਸੇ 10 10 ਹਿੱਸੇ ਨੇ 1/4 1/5 1/3 2/4 ਨਹੀਂ ਉਹ ਨਹੀਂ ਬਣਦੇ ਉਹ ਇਹੀ ਰਹੇ ਦਸੇ ਨੰਬਰਾਂ ਦਾ ਮਾਲਕ ਇੱਕਾ ਮਾਲਕ ਚਾਹੀ ਇੱਕ ਹੈ ਉਹ ਨੰਬਰਾਂ ਇਹੀ ਰਹੂਗਾ ਅੱਛਾ ਨੰਬਰਾਂ ਇਹੀ ਰਹੇਗਾ ਉਹ ਦੇ ਕਿਲਾ ਨਹੀਂ ਇੱਕ ਨੰਬਰ ਨਹੀਂ ਬਣਦਾ ਕਿਉਂਕਿ ਜਦੋਂ ਉਹ ਨੰਬਰ ਟੁੱਟੇ ਨੇ ਨਾ ਉਹਦਾ ਕਾਰਨ ਹੈ ਅੱਛਾ ਜੀ ਪਹਿਲਾਂ ਉਹ ਕਈ ਬੰਦੇ ਲੈਵੇ ਵਿਕੇ ਹੋਏ ਸੀ ਟੁੱਟ ਗਏ ਸੀ ਟੁੱਟਣ ਤੋਂ ਬਾਅਦ ਦੁਬਾਰੇ ਉਹਨੇ ਇਕੱਲੇ ਇੱਕ ਮਾ ਬੰਦੇ ਨੇ ਖਰੀਦ ਲਿਓ ਸਾਰੇ ਦਾ ਜਦੋਂ ਸਾਰੇ ਤੋਂ ਖਰੀਦ ਲਿਓ ਇੱਕ ਨੰਬਰ ਨਹੀਂ ਬਣਦਾ ਉਹ ਨੰਬਰ ਇਹੀ ਰਹੇਗਾ ਉਦਾਂ ਹੀ ਰਹੇਗਾ ਠੀਕ ਹੈ ਜੀ ਇੱਕ ਏ ਨੇ ਲਿਮਟ ਬਣਾਈ ਆ ਬੀ ਉਸ ਨੂੰ ਬਿਆਨਨਾ ਕਰ ਸਕਦਾ ਤਹਿਸੀਲਦਾਰ ਦੇ ਸਾਹਮਣੇ ਨਹੀਂ ਬੀ ਬਿਆਨਨਾ ਤਾਂ ਕਰ ਸਕਦਾ ਨਾ ਬੀ ਆਪਦੇ ਹਿੱਸੇ ਦਾ ਬਿਆਨਨਾ ਕਰੂਗਾ ਇਹਨੇ ਤਾਂ ਆਪਦੇ ਹਿੱਸੇ ਦੀ ਲਿਮਟ ਬਣਵਾਈ ਹੈ ਨਾ ਹਾਂਜੀ ਉਹਨੇ ਬੀ ਵਾਲੇ ਰੱਖ ਵੀ ਤਾਂ ਨਹੀਂ ਲਿਮਟ ਬਣਵਾਈ ਨਾ ਬੀ ਆਪਦੇ ਰੱਖੂਗਾ ਤਾਂ ਵੇਚ ਸਕਦਾ ਆਪਦਾ ਹਿੱਸਾ ਸਪੋਜ਼ ਕਰੋ ਆਪਾਂ ਦੋ ਜਣੇ ਆ ਅੱਧੇ ਚ ਮੈਂ ਅੱਧੇ ਚ ਤੁਸੀਂ ਹੋ ਹਾਂਜੀ ਹਾਂ ਮੈਂ ਲਿਮਟ ਬਣਵਾ ਲਈ ਮੈਂ ਛੋੜੇ ਹਿੱਸੇ ਤੇ ਲਿਮਟ ਨਹੀਂ ਬਣਵਾਈ ਮੈਂ ਤਾਂ ਆਪਦੇ ਹਿੱਸੇ ਤੇ ਬਣਵਾਈ ਜਦੋਂ ਮੈਨੂੰ ਰਕਵਾ ਹੁੰਦਾ ਜੀ ਉਸ ਤੇ ਬਣਵਾਈ ਹੈ ਮੈਂ ਆਪਦਾ ਤੁਸੀਂ ਆਪਦਾ ਹਿੱਸਾ ਤਾਂ ਵੇਚ ਸਕਦੇ ਹੋ ਨਾ ਠੀਕ ਹੈ ਇੱਥੇ ਸਵਾਲ ਉਹ ਇਹ ਕਰ ਰਿਹਾ ਇਹ ਬੰਦਾ ਵੀ ਏ ਨੇ ਲਿਮਟ ਬਣਾ ਲਈ ਜਿਹੜਾ ਖਰੀਦਣ ਵਾਲਾ ਉਹਨੂੰ ਵੀ ਵੀ ਬੀ 1 ਦਾ ਮੰਨਿਆ ਖਰੀਦਣ ਵਾਲਾ ਅੱਛਾ ਵੀ ਮਤਲਬ ਮੈਨੇ ਲਿਮਟ ਬਣਾ ਲਈ ਤੁਸੀਂ ਖਰੀਦ ਰਹੇ ਹੋ ਹਾਂ ਹਾਂ ਤੁਸੀਂ ਫਿਰ ਮੈਨੂੰ ਬਿਆਨ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਮਤਲਬ ਮੈਂ ਆਪਣੀ ਜ਼ਮੀਨ ਤੇ ਪਹਿਲਾਂ ਲਿਮਟ ਬਣਾਈ ਹੋਈ ਆ ਮੈਂ ਵੇਚਣਾ ਚਾਹੁੰਨਾ ਜ਼ਮੀਨ ਆ ਤੁਸੀਂ ਵੇਚਣਾ ਚਾਹੁੰਦੇ ਹੋ ਤੁਸੀਂ ਨਹੀਂ ਵੇਚ ਸਕਦੇ ਜੀ ਤੁਸੀਂ ਲਿਮਟ ਜਿੰਨੇ ਜੇ ਲਿਮਟ ਨਹੀਂ ਭਰਦੇ ਹੈਗੇ ਨਾ ਉਸ ਸਮੇ ਉਹ ਨਾ ਉਹ ਜੇ ਬੈਨਾ ਕਰ ਲਓਗੇ ਬੈਨਾ ਦੇ ਵਿੱਚ ਲਿਖਿਆ ਜਾਊਗਾ ਵੀ ਜਿਹੜੀ ਲਿਮਟ ਹੈ ਮੈਂ ਰਜਿਸਟਰੀ ਤੋਂ ਪਹਿਲਾਂ ਭਰੂਗਾ ਫੇਰ ਤੁਸੀਂ ਬੈਨਾ ਕਰ ਸਕਦੇ ਹੋ ਅੱਛਾ ਫੇਰ ਹੋ ਸਕਦਾ ਠੀਕ ਤੁਸੀਂ ਉਹਦੇ ਵਿੱਚ ਲਿਖੋਗੇ ਨਾ ਵੀ ਇੰਨੇ ਰੱਖੋ ਦੀ ਮੇਰੀ ਲਿਮਟ ਹੈ ਮੈਂ ਜਿਹੜਾ ਜਿਹੜਾ ਬੈਨਾ ਲਿਆ ਇਸ ਚੋਂ ਕੁਝ ਪੈਸੇ ਮੈਂ ਰਜਿਸਟਰੀ ਦੇ ਟਾਈਮ ਲੈ ਕੇ ਭਰ ਕੇ ਫੇਰ ਤੁਹਾਨੂੰ ਰਜਿਸਟਰੀ ਕਰਾਉਗਾ ਅੱਛਾ ਫੇਰ ਹੋ ਸਕਦੀ ਹੈ ਜੀ ਰ 1955 ਦੀ ਰਜਿਸਟਰੀ ਆ ਇੰਤਕਾਲ ਹੁਣ ਹੋ ਜਾਵੇਗਾ ਇਹ 55 ਦੀ ਰਿਸ਼ਤੀ ਦਾ ਹੁਣ ਤਾਂ ਇੰਤਕਾਲ ਹੋਣੀ ਨਹੀਂ ਕਿਉਂਕਿ ਹੁਣ ਤਾਂ ਉਹ ਨੰਬਰੇ ਨਹੀਂ ਰਹੇ ਹੈਗੇ ਮਰਬਾਬੰਦੀ ਹੋ ਗਈ ਮਰਬਾਬੰਦੀ ਤੋਂ ਪਹਿਲਾਂ ਜਾਨੀ ਕਿ 1 ਬਿੱਗੇ 20 ਸਵੈਂਚ ਨੰਬਰ ਸੀ ਹੁਣ ਤਾਂ ਕਨਾਲ ਮਰਲੇਜ ਨੰਬਰ ਬਣ ਗਏ ਠੀਕ ਹੈ ਸਰ ਹਾਂ 55 ਦੀ ਰਿਸ਼ਤੀ ਦਾ ਇੰਤਕਾਲ ਹੁਣ ਤਾਂ ਹੋਣ ਦਾ ਕੋਈ ਆਈਡੀ ਨਹੀਂ ਹੈਗਾ ਜੀ ਉਸ ਤੋਂ ਬਾਅਦ ਤਾਂ ਮਰਬਾਬੰਦੀ ਵੀ ਹੋ ਗਈ ਹਾਂ ਬਹੁਤ ਖੁਸ਼ ਹੋ ਗਿਆ ਜੀ ਇੱਕ ਸੱਤ ਪੀੜੀਆਂ ਦਾ ਕੁਰਸੀ ਨਾਮਾ ਜੇ ਚਾਹੀਦਾ ਹੋਵੇ ਕਿਸੇ ਨੂੰ ਤਾਂ ਕਿੱਥੋਂ ਮਿਲ ਸਕਦਾ ਸੱਤ ਪੀੜੀਆਂ ਦਾ ਨਹੀਂ ਕਹਿ ਸਕਦੇ ਹੈਗੇ 60-60 55-55 ਤੱਕ ਤਾਂ ਮਿਲ ਸਕਦਾ ਉਹ ਤੋਂ ਪਿਛਲਾ ਨਹੀਂ ਦਿੰਦਾ ਉਹ ਤੋਂ ਪਿਛਲਾ ਤਾਂ ਫਿਰ ਜੇ ਲੈਣਾ ਹੈ ਤੁਸੀਂ ਨੇ ਹਰਦਵਾਰ ਤੋਂ ਜਾ ਕੇ ਲੈਣਾ ਪਊਗਾ ਅੱਛਾ ਜੀ ਜਿੱਥੇ ਆਪਾਂ ਫੁੱਲ ਪਾਉਨੇ ਹਰਦਵਾਰ ਤੇ ਉੱਥੋਂ ਜਿੰਨੀ ਮਰਜ਼ੀ ਪੀੜੀਆਂ ਦਾ ਲੈ ਲਓ ਕੁਰਸੀ ਨਾਮ ਠੀਕ ਹੈ ਉੱਥੋਂ ਉੱਥੋਂ ਮਿਲ ਜਾਂਦਾ ਹੈ ਉੱਥੋਂ ਮਿਲ ਜਾਂਦਾ ਹੈ ਇੱਕ ਕਾਸਤ ਰਹਿਨਾਨ ਬੇਹੈਸੀਅਤ ਗੈਰ ਮਰੂਸੀ ਕੀ ਹੁੰਦਾ ਏ ਇਹ ਕਾਸਤ ਰਹਿਨਾਨ ਰਹਿਨਾਨ ਦਾ ਮਤਲਬ ਹੈ ਜਿਨੇ ਗਹਿਣੇ ਕਰੀਏ ਵੀ ਉਹ ਬੰਦਾ ਕਾਸਤ ਕਰ ਰਿਹਾ ਇਸ ਜ਼ਮੀਨ ਦੀ ਠੀਕ ਹੈ ਜੀ ਕਾਸਤ ਰਹਿਣਾਂ ਤੋਂ ਬਾਅਦ ਅੱਗੇ ਕੀ ਸ਼ਬਦ ਹੈ ਬੇਹੈਸੀਅਤ ਬੇਹੈਸੀਤ ਹਾਂ ਹਾਂਜੀ ਗੈਰ ਮਰੂਸੀ ਗੈਰ ਮਰੂਸੀ ਦਾ ਹੁੰਦਾ ਹੈ ਜਿਹੜਾ ਮਾਲਕ ਨਹੀਂ ਹੈਗਾ ਜ਼ਮੀਨ ਨੂੰ ਕਾਸਤ ਕਰ ਰਿਹਾ ਉਹਨੂੰ ਗੈਰ ਮਰੂਸੀ ਕਹੀ ਜਾਂਦਾ ਹੈ ਜੀ ਬੇਹੈਸੀਤ ਹੋ ਗਿਆ ਜਿੰਨਕੇ ਵੀ ਹੁਣ ਠੇਕੇ ਦੇ ਜ਼ਮੀਨ ਲਈ ਹੈ ਵੀ ਕਿੰਨੇ ਰਕਵੇ ਪਹੁੰਚ ਲਈ ਹੋਈ ਹੈ ਉਹ ਚੀਜ਼ ਆ ਗਈ ਬਸ ਠੀਕ ਹੈ ਜੀ ਠੀਕ ਹੈ 1969 ਤੋਂ ਬਾਅਦ ਸਾਡੀ ਜ਼ਮੀਨ 25 ਕਨਾਲ ਜ਼ਮੀਨ ਵਿੱਚ 2 ਕਨਾਲ ਜ਼ਮੀਨ ਰਹਿਣ ਚਲੀ ਗਈ ਉਸ ਨੂੰ ਕਿਵੇਂ ਸਦਾ ਰਹਿ ਜਾਵੇ ਜੀ ਜਿਹੜੀ ਦੋ ਕਨਾਲ ਜ਼ਮੀਨ ਗਹਿਣੇ ਆ ਨਾ ਜਿਹੜੇ ਬੰਦੇ ਲੈਵੇ ਗਹਿਣੇ ਆ ਹਾਂਜੀ ਜੇ ਉਹ ਬੰਦਾ ਨਹੀਂ ਆਇਆ ਉਹਦੀ ਡੈਥ ਹੋ ਗਈ ਤਾਂ ਉਹਦੇ ਵਾਰਸਾਂ ਨੂੰ ਪਹਿਲਾਂ ਇੰਤਕਾਲ ਕਰਾਉਣਾ ਪਊ ਠੀਕ ਹੈ ਜੀ ਉਹਦੇ ਵਾਰਸਾਂ ਤੋਂ ਬਰਾਸਤ ਮੁਰਤੀ ਨਹੀਂ ਹੁੰਦੀ ਐ ਉਹ ਬਰਾਸਤ ਮੁਰਤੀ ਹੋ ਜਾਂਦੀ ਐ ਬਰਾਸਤ ਮੁਰਤੀ ਨਹੀਂ ਕਰਾਉਣ ਤੋਂ ਬਾਅਦ ਠੀਕ ਹੈ ਜੀ ਜਿਹੜੇ ਵਾਰਸ ਨੇ ਜਿਹੜੇ ਵਾਰਸਾਂ ਨੂੰ ਜ਼ਮੀਨ ਬੱਗੀ ਹੋ ਗਹਿਣੇ ਆ ਹਾਂਜੀ ਹਾਂਜੀ ਹਾਂ ਉਹ ਬੰਦੇ ਰਸੀਦ ਦੇਣਗੇ ਠੀਕ ਹੈ ਜੀ ਉਹ ਰਸੀਦ ਦੇਣਗੇ ਫੇਰ ਫੱਕ ਹੋ ਸਕਦੀ ਜੀ ਜੇਕਰ ਕੋਈ ਜੇਕਰ ਕਿਸੇ ਬੰਦੇ ਦੇ ਕੋਈ ਬੰਦਾ 50 ਸਾਲਾਂ ਤੋਂ ਕਾਸ਼ਤਕਰਦਾ ਆ ਰਿਹਾ ਕਿ ਉਹ ਜ਼ਮੀਨੇ ਨਾਮ ਹੋ ਜੂਗੀ ਕਿਸੇ ਜ਼ਮੀਨ ਤੇ ਕੋਈ ਬੰਦਾ 50 ਸਾਲਾਂ ਤੋਂ ਲਗਾਤਾਰ ਕਬਜ਼ਾ ਹੈ ਕਬਜ਼ੇ ਦੇ ਆਧਾਰ ਤੇ ਹੁਣ ਮਾਲਕੀਆਂ ਬਣਾਉਂਦੇ ਨਹੀਂ ਹੈਗੇ ਪਹਿਲਾਂ ਬਣਾਉਂਦੇ ਸੀ ਠੀਕ ਹੈ ਜੀ ਮਾਨਯੋਗ ਅਦਾਲਤ ਪਹਿਲਾਂ ਡਿਗਰੀਆਂ ਜਾਰੀ ਕਰ ਦਿੰਦੀ ਸੀ ਕਬਜ਼ੇ ਦੇ ਆਧਾਰ ਤੇ ਠੀਕ ਹੈ ਜੀ ਪਰ ਹੁਣ ਕਰਦੇ ਨਹੀਂ ਹੈਗੇ ਅੱਛਾ ਜੀ ਠੀਕ ਹੈ ਜੇਕਰ ਕੋਈ ਜ਼ਮੀਨ ਜੇਕਰ ਕੋਈ ਜ਼ਮੀਨ ਕਿਸੇ ਕੋਲ 40 ਸਾਲਾਂ ਤੋਂ ਗਹਿਣੇ ਆ ਉਹ ਉਹ ਵੀ ਨਾਮ ਹੋ ਸਕਦੀ ਹੈ ਜਿਹੜੀ 40 ਸਾਲਾਂ ਤੋਂ ਗਹਿਣੇ ਪਹਿਲਾਂ ਹੁੰਦਾ ਸੀ 60 ਸਾਲਾਂ ਦਾ ਠੀਕ ਹੈ ਜੀ ਜੇ 60 ਸਾਲ ਕਿਸੇ ਨੂੰ ਲਗਾਤਾਰ ਗਹਿਣੇ ਚੱਲੀ ਆ ਰਹੀ ਹੈ ਜ਼ਮੀਨ ਤਾਂ ਉਹ ਮਾਲਕ ਬਣ ਜਾਂਦਾ ਸੀ 60 ਜਿਹੜਾ ਮੁਰਤੇਨ ਹੁੰਦਾ ਸੀ ਜਿਨੇ ਗਹਿਣੇ ਲਈ ਹੁੰਦੇ ਸੀ ਠੀਕ ਹੈ ਜੀ ਉਹ ਬੰਦਾ ਮਾਲਕ ਬਣ ਜਾਂਦਾ ਸੀ ਜ਼ਮੀਨ ਦਾ ਜੀ ਉਸ ਤੋਂ ਬਾਅਦ ਸਰਕਾਰ ਨੇ ਕੀ ਕੀਤਾ ਸੀ 30 ਸਾਲਾ ਕਰ ਦਿੱਤਾ 60 ਤੋਂ ਘਟਾ ਕੇ ਠੀਕ ਹੈ ਜੀ ਵੀ ਜੇ ਲਗਾਤਾਰ 30 ਸਾਲ ਵੀ ਕਿਸੇ ਲਈ ਗਹਿਣੇ ਚੱਲਦੀ ਹੋਊ ਉਹਨੂੰ ਵੀ ਮਾਲਕ ਬਣਾ ਦਿੱਤਾ ਜਾਂਦਾ ਸੀ ਠੀਕ ਹੈ ਜੀ ਪਰੰਤੂ ਹੁਣ ਇਹ ਕਾਨੂੰਨ ਬਣਾਤਾ ਹੈ ਸਰਕਾਰ ਨੇ ਵੀ ਕੋਈ ਵੀ ਮਾਲਕ ਆਪਦੀ ਜ਼ਮੀਨ ਨੂੰ ਕਿਸੇ ਟਾਈਮ ਵੀ ਫੱਕ ਰਾ ਸਕਦਾ ਉਹ ਜਿਹੜਾ ਮੁਰਤੇਨ ਉਹ ਮਾਲਕ ਨਹੀਂ ਬਣ ਸਕਦਾ ਠੀਕ ਹੈ ਇਹ ਪੱਕਾ ਹੀ ਰੂਲ ਬ ਮੇਰੇ ਦਾਦਾ ਜੀ ਦੀ ਭੈਣ ਦੇ ਨਾਮ ਜग्गा बोलਦੀ ਐ ਤੇ ਕਬਜ਼ਾ ਕਿਸੇ ਹੋਰ ਦਾ ਜਿਹੜੇ ਦਾਦਾ ਜੀ ਦੀ ਭੈਣ ਦੇ ਬੱਚੇ ਤੇ ਉਹ ਸਵਰਗਵਾਸ ਹੋ ਗਏ ਹੁਣ ਉਹ ਜਗਾ ਕਿਸ ਨੂੰ ਮਿਲ ਸਕਦੀ ਐ ਜੀ ਨਹੀਂ ਭੈਣ ਦੇ ਬੱਚੇ ਨੇ ਗਾਹਾਂ ਉਹਦੇ ਗਾਹ ਬੱਚੇ ਹੋਣਗੇ ਅੱਛਾ ਜ਼ਮੀਨ ਪਹਿਲਾਂ ਕਿਹਦੇ ਨਾਮ ਸੀ ਦਾਦੇ ਦੇ ਨਾਮ ਸੀ ਹਾਂ ਮੇਰੇ ਦਾਦਾ ਜੀ ਦੀ ਭੈਣ ਇਹ ਦਾਦੇ ਦੀ ਭੈਣ ਦੇ ਨਾਮ ਜਮੀਨ ਹੈ ਹਾਂਜੀ ਹਾਂ ਭੈਣ ਨੂੰ ਜਮੀਨ ਇਹਦਾ ਦਾਦੇ ਵੱਲੋਂ ਆਈ ਇਹ ਵੀ ਕਨਫਰਮ ਕਰਨਾ ਪਊਗਾ ਨਾ ਠੀਕ ਹੈ ਜੀ ਜੇ ਤਾਂ ਉਹਨੂੰ ਆਪਦੇ ਸਹੁਰਿਆਂ ਦੀ ਜਮੀਨ ਆਈ ਐ ਠੀਕ ਹੈ ਜੀ ਦਾਦੀ ਦੀ ਭੈਣ ਨੂੰ ਹਾਂਜੀ ਹਾਂ ਫਿਰ ਤਾਂ ਉਹਨਾਂ ਦੇ ਪਰਿਵਾਰ ਚ ਜਾਊਗੀ ਉਹ ਜੇ ਇਧਰ ਪਿੱਕੇ ਕਣੀ ਉਹਈ ਏ ਜ਼ਮੀਨ ਤਾਂ ਪਿੱਕੇ ਦੇ ਬਾਰਸਾਂ ਚ ਜਾਊ ਜਿਹਦਾ ਆਪਦਾ ਬਾਰਸ ਨਹੀਂ ਹੈ ਕੋਈ ਤਾਂ ਜਿਹਦਾ ਆਪਦਾ ਨਹੀਂ ਹੈ ਜੇ ਉਹਦੇ ਆਪਦੇ ਬਾਰਸਾਂ ਨੇ ਤਾਂ ਉਹਨਾਂ ਨੂੰ ਹੀ ਜਾਊਗੀ ਫਿਰ ਤਾਂ ਉਹਨਾਂ ਨੂੰ ਜਾ ਪਿੱਕੇ ਨਹੀਂ ਚ ਸੋਹਰਿਆਂ ਦੀ ਸੋਹਰਿਆਂ ਦੀ ਹੋਗੀ ਜੀ ਜੇ ਸਹਿਮਤੀ ਨਾਲ ਤਕਸੀਮ ਹੋ ਜਾਵੇ ਬਾਅਦ ਵਿੱਚ ਇੰਤਕਾਲ ਦਰਜ ਹੋ ਜਾਵੇ ਫਿਰ ਹੀ ਹਿੱਸੇਦਾਰ ਮਗਰੋਂ ਰੌਲਾ ਪਾ ਸਕਦੇ ਨੇ ਜੇ ਜਦੋਂ ਇੰਤਕਾਲ ਮਨਜ਼ੂਰ ਹੋ ਗਿਆ ਫਿਰ ਨਹੀਂ ਪਾ ਸਕਦੇ ਮਨਜ਼ੂਰ ਹੋਣ ਤੋਂ ਪਹਿਲਾਂ ਜੇ ਉਹਨਾਂ ਨੂੰ ਕੋਈ ਤਰਾਜ ਹੈ ਤਾਂ ਇੰਤਕਾਲ ਮਨਜ਼ੂਰੀ ਨਹੀਂ ਹੋਣਾ ਹੈ ਉਹ ਫਿਰ ਆਪਣਾ ਪੱਖ ਪੇਸ਼ ਕਰ ਸਕਦੇ ਨੇ ਪੱਖ ਪੇਸ਼ ਕਰਕੇ ਹਾਂ ਵੀ ਸਾਨੂੰ ਇੱਥੇ ਇਹ ਮਾੜੀ ਦੀ ਚਾਹ ਕਮੀ ਹੈ ਅਸੀਂ ਇੰਤਕਾਲ ਨਹੀਂ ਕਰਾਉਣਾ ਚਾਹੁੰਦੇ ਜੋ ਕਹਿ ਦੇਣਗੇ ਅਸੀਂ ਕਰਾਉਣਾ ਨਹੀਂ ਚਾਹੁੰਦੇ ਤਹਿਸੀਲਦਾਰ ਨੇ ਕਰਨੇ ਨਹੀਂ ਠੀਕ ਹੈ ਸਹਿਮਤੀ ਵਾਲਾ ਖਾਨਗੀ ਦਾ ਇੰਤਕਾਲ ਤਾਂ ਜੇ ਸਹਿਮਤ ਹੋਣਗੇ ਸਾਰੇ ਬਿਆਨ ਦੇਣਗੇ ਤਹਿਸੀਲਦਾਰ ਦੇ ਉਸ ਤੋਂ ਬਾਅਦ ਹੀ ਇੰਤਕਾਲ ਹੋਣਾ ਹੈ ਉਸ ਤੋਂ ਪਹਿਲਾਂ ਇੰਤਕਾਲ ਹੁੰਦਾ ਹੀ ਨਹੀਂ ਉਸ ਤੋਂ ਪਹਿਲਾਂ ਨਹੀਂ ਹੋਣਾ ਜੇ ਜਮੀਨ ਤੇ ਲੋਨ ਲਿਆ ਹੋਵੇ ਫਿਰ ਉਹ ਗੈਣੇ ਵੀ ਨਹੀਂ ਕੀਤੀ ਜਾ ਸਕਦੀ ਜੇ ਲੋਨ ਲਿਆ ਹੋਇਆ ਨਾ ਪਨੇ ਹਾਂਜੀ ਸਪੋਜ਼ ਕਰੋ ਜ਼ਮੀਨ ਦੀ ਕੀਮਤ ਹੈ ਜੀ 10 ਲੱਖ ਰੁਪਏ ਮੈਂ ਜਿਹੜੀ ਤੇ ਉਹ ਤਾਂ ਗਹਿਣੇ ਕਰੇ ਨਾ ਸਕਦੇ ਜੀ ਤੇ ਲੋਨ ਲਿਆ ਹੋਇਆ ਆਪਾਂ ਨੇ ਠੀਕ ਹੈ ਜੀ ਜੇ ਆਪਾਂ ਗਹਿਣੇ ਕਰੀ ਹੋਈ ਆ ਉਹ ਤੇ ਲੋਨ ਲੈ ਸਕਦੇ ਆਪਾਂ ਜੇ ਜ਼ਮੀਨ ਗਹਿਣੇ ਕੀਤੀ ਹੋਈ ਆ ਜੇ ਗਹਿਣੇ ਕੀਤੀ ਹੋਈ ਆ ਤੇ ਉਹਨੂੰ ਫੱਕ ਕਰਾਉਣ ਵਾਸਤੇ ਬੈਂਕ ਲੋਨ ਦੇ ਦਿੰਦਾ ਹੈ ਉਹ ਪੇਮੈਂਟ ਜਿਹੜੇ ਬੰਦੇ ਲੈ ਗਹਿਣੇ ਐ ਉਹ ਬੰਦੇ ਨੂੰ ਪੇਮੈਂਟ ਕਰੂ ਬੈਂਕ ਬੈਂਕ ਉਧਰ ਉਹ ਪੇਮੈਂਟ ਹੋ ਜਾਂਦੀ ਹੈ ਪਰੰਤੂ ਲੋਨ ਵਾਲੀ ਜ਼ਮੀਨ ਆਪਾਂ ਗਹਿਣੇ ਨਹੀਂ ਕਰ ਸਕਦੇ ਠੀਕ ਪਹਿਲਾਂ ਫੱਕ ਕਰਾਉਣੀ ਪਹਿਲਾਂ ਫੱਕ ਕਰਾਉਣੀ ਇੱਕ ਵਸੀਅਤ ਕਿਵੇਂ ਕਰਵਾਈਏ ਕੋਈ ਚੈਲੰਜ ਨਾ ਕਰ ਸਕੇ ਬਸੀਤ ਰਿਸਟਰਡ ਤਸਵੀਲ ਚ ਕਰਾਓ ਆਪਾਂ ਜੀ ਠੀਕ ਹੈ ਜੀ ਦੋ ਬੰਨਾਂ ਦੀ ਗਵਾਹੀ ਪਊ ਤਸਵੀਲ ਚ ਰਿਸਟਰਡ ਬਸੀਤ ਕਰਾਓ ਠੀਕ ਹੈ ਜੀ ਉਹਨੂੰ ਕੋਈ ਚੈਲੰਜ ਨਹੀਂ ਠੀਕ ਹੈ ਜਿਵੇਂ ਖਾਨਗੀ ਨੂੰ ਚੈਲੰਜ ਆਉਂਦਾ ਕਿਤੇ ਨਹੀਂ ਖਾਨਗੀ ਨੂੰ ਵੀ ਚੈਲੰਜ ਨਹੀਂ ਹੁੰਦਾ ਜੇ ਖਾਨਗੀ ਤੋਂ ਬਾਅਦ ਬਸੀਤ ਕੋਈ ਹੋਰ ਨਹੀਂ ਕਰਵਾਈ ਤਾਂ ਉਹਨੂੰ ਵੀ ਕੋਈ ਚੈਲੰਜ ਨਹੀਂ ਹੈ ਠੀਕ ਹੈ ਉਹਦੇ ਗਵਾਹ ਸਹੀ ਹੋਣੇ ਚਾਹੀਦੇ ਨੇ ਭੁਗਤਨੇ ਚਾਹੀਦੇ ਨੇ ਗਵਾਹ ਠੀਕ ਹੈ ਜਦੋਂ ਰਪੰਥੀ ਗੱਲ ਕਰਾਉਣਾ ਉਸ ਟਾਈਮ ਗਵਾਹ ਮੌਜੂਦ ਹੋਣੇ ਚਾਹੀਦੇ ਨੇ ਠੀਕ ਹੈ ਜੀ ਰਿਸਟਰਡ ਤੇ ਖਾਨਗੀ 'ਚ ਇੱਕੇ ਫਰਕ ਹੈ ਵੀ ਜੇ ਰਿਸਟਰਡ ਬਸੀਤ ਦੇ ਗਵਾਹਾਂ ਦੀ ਡੈਥ ਹੋ ਜਾਂ ਉਹ ਬਸਿੱਤ ਤਾਂ ਵੀ ਮੰਨੀ ਜਾਂਦੀ ਹੈ ਰਜਿਸਟਰਡ ਹਾਂ ਜਿਹੜੀ ਖਾਨਗੀ ਹੈ ਜੇ ਉਹਦੇ ਗਵਾਹਾਂ ਦੀ ਡੈਥ ਹੋ ਜਾਂਦੀ ਹੈ ਹਾਂਜੀ ਬਸਿੱਤ ਕਰਵਾਈ ਹੋਈ ਹੈ ਤਾਂ ਜਿਹੜੇ ਬੰਦੇ ਨੇ ਬਸਿੱਤ ਕਰਾਈ ਹੈ ਜੇ ਗਵਾਹਾਂ ਦੀ ਡੈਥ ਹੋ ਗਈ ਤਾਂ ਉਹਨੂੰ ਦੁਬਾਰੀ ਬਸਿੱਤ ਕਰਾਉਣੀ ਪੈਣੀ ਹੈ ਦੁਬਾਰੀ ਕਰਾਉਣੀ ਪੈਣੀ ਹੈ ਹਾਂ ਜੀ ਇੱਕ ਜਿਵੇਂ ਆਪਣਾ ਬਾਰਡਰ ਏਰੀਆ ਆ ਗਿਆ ਜੀ ਉਹ ਜੋ ਉੱਪਰ ਕਹਿੰਦੇ ਜਮੀਨਾ ਗੈਰ ਮਰੂਸੀ ਜਮੀਨਾ ਕਿਹੜੀਆਂ ਹਨ ਜੋ ਪਾਕਿਸਤਾਨ ਬੰਨ ਸਮੇਂ ਲੋਟ ਹੋਈਆਂ ਸੀ ਗੈਰ ਮਰੂਸੀ ਨਹੀਂ ਕਹਿ ਸਕਦੇ ਆਪਾਂ ਉਹ ਜ਼ਮੀਨਾਂ ਜਿਹੜੀਆਂ ਜਿਹੜੇ ਬੰਦੇ ਸਪੋਜ ਕਰੋ ਪਾਕਿਸਤਾਨ ਤੋਂ ਆਏ ਨੇ ਇੱਧਰ ਹਾਂਜੀ ਇੱਧਰੋਂ ਪਾਕਿਸਤਾਨ ਚ ਬਾਗੇ ਬੰਦੇ ਜਿਹੜੇ ਮੁਸਲਮਾਨ ਸੀ ਹਾਂਜੀ ਹਾਂ ਜਿਹੜੀਆਂ ਮੁਸਲਮਾਨਾਂ ਦੇ ਜ਼ਮੀਨਾਂ ਇੱਧਰ ਰਹਿ ਗਈਆਂ ਸੀ ਹਾਂ ਹਾਂਜੀ ਮੁਸਲਮਾਨ ਉਧਰ ਬਾਗੇ ਜ਼ਮੀਨਾਂ ਉਹਨਾਂ ਦੀ ਹੋ ਰਹੀ ਸੀ ਹਾਂ ਜਿਹੜੇ ਬੰਦੇ ਆਪਣੇ ਉਧਰੋਂ ਇੱਧਰ ਆਏ ਉਹਨਾਂ ਨੂੰ ਜ਼ਮੀਨਾਂ ਮੁਸਲਮਾਨਾਂ ਵਾਲੀਆਂ ਲਾਟ ਕੀਤੀਆਂ ਗਈਆਂ ਨੇ ਠੀਕ ਹੈ ਜੀ ਜਿਹੜੀ ਮੁਸਲਮਾਨਾਂ ਦੇ ਤੇ ਇਹ ਨਹੀਂ ਹੈਗਾ ਵੀ ਜਿਹੜੇ ਆਪਾਂ ਪਰਸਨਲ ਇੱਧਰ ਪਹਿਲਾਂ ਲੋਕ ਬੈਠੇ ਨੇ ਉਹਨਾਂ ਦੀ ਕੋਈ ਜ਼ਮੀਨ ਲਾਟ ਹੋ ਜੂਗੀ ਹਾਂਜੀ ਉਹ ਨਹੀਂ ਲਾਟ ਹੋਈਆਂ ਠੀਕ ਆ ਜਿਹੜੀਆਂ ਮੁਸਲਮਾਨਾਂ ਵਾਲੀ ਕੁਸਟੋਰੀਨ ਜ਼ਮੀਨਾਂ ਸੀ ਜਿਹੜੀ ਕਿ ਮੁਸਲਮਾਨਾਂ ਵਾਲੀਆਂ ਦੀਆਂ ਹਾਂਜੀ ਹਾਂ ਉਹ ਵਖਬੋੜ ਵਾਲੀ ਜੀ ਲਾਟ ਹੁੰਦੀ ਜਿਹੜੀਆਂ ਇਹ ਹੁੰਦੀ ਤੇ ਉਹ ਲਾਟ ਹੁੰਦੀਆਂ ਰਾਜੀ ਮਤਰੁਕਾ ਆਤੀ ਆ ਜਿਹੜੀਆਂ ਰਾਜੀ ਮਤਰੁਕਾ ਬਣਾਤੀ ਸੀ ਉਹ ਜਿਹੜੀ ਕਿ ਮੁਸਲਮਾਨਾਂ ਦੀ ਮਾਲਕੀ ਤੋਂ ਮੁਸਲਮਾਨਾਂ ਨੇ ਨੌ ਖਤਮ ਕਰਕੇ ਰਾਜੀ ਮਤਰੁਕਾ ਬਣਾਈ ਗਈ ਸੀ ਉਹ ਜ਼ਮੀਨ ਉਹ ਤੋਂ ਫਿਰ ਲਾਟ ਕੀਤੀ ਨੇ ਜਿਹੜੇ ਬੰਦੇ ਇੱਧਰ ਆਏ ਨੇ ਉਹਨਾਂ ਦਾ ਉਧਰੋਂ ਰਿਕਾਰਡ ਮੰਗਾਇਆ ਠੀਕ ਆ ਵੀ ਕਿੰਨੇ ਰੱਖਵੇ ਦਾ ਇਹ ਮਾਲਕ ਸੀ ਕਿਹੜੀ ਕੀਮਤ ਦੀ ਜ਼ਮੀਨ ਸੀ ਉਹਦੇ ਹਿਸਾਬ ਨਾਲ ਫਿਰ ਇੱਧਰ ਲਾਟ ਕੀਤੀ ਓਕੇ ਜੀ ਇਕ 1955 1995 ਦੀ ਸੌਰੀ 1995 ਵਿੱਚ ਰਜਿਸਟਰੀ ਹੋਈ ਸੀ ਲੇਕਿਨ ਇੰਤਕਾਲ ਦਰਜ ਨਹੀਂ ਹੋਇਆ ਹੁਣ ਵੇਚਣ ਵਾਲਾ ਵੀ ਸਵਰਗਵਾਸ ਹੋ ਗਿਆ ਇਸ ਦਾ ਕੀ ਹਾਲ ਹੈ ਜੀ ਵੇਚਣ ਵਾਲਾ ਸਵਰਗਵਾਸ ਹੋ ਗਿਆ ਤਾਂ ਕੀ ਹੋ ਗਿਆ ਉਹਦਾ ਇੰਤਕਾਲ ਤੁਸੀਂ ਦਰਜ ਕਰਾਓ ਪਹਿਲਾਂ ਠੀਕ ਹੈ ਸਰ ਪਟਵਾਰੀ ਲਵੇ ਜਿਹੜੇ ਨੇ ਖਰੀਦੇ ਉਹਦੇ ਨੂੰ ਇੰਤਕਾਲ ਦਰਜ ਹੋ ਜਾਊ ਉਹ ਤੋਂ ਬਾਅਦ ਉਹ ਵਿਰਾਸਤ ਕਰਾ ਕੇ ਜਿਹੜੇ ਉਹਦੇ ਵਾਰਿਸ ਨੇ ਉਹਨਾਂ ਨੂੰ ਇੰਤਕਾਲ ਕਰਾਓ ਠੀਕ ਆ ਦੋ ਇੰਤਕਾਲ ਹੋਣਗੇ ਪਹਿਲਾਂ ਵੇਚਦਾ ਇੰਤਕਾਲ ਬਾਅਦ ਚ ਵਿਰਾਸਤ ਉਸ ਤੋਂ ਬਾਅਦ ਵੇਚ ਸਕਦੇ ਆਪਾਂ ਠੀਕ ਹੈ ਜੀ ਠੀਕ ਆ ਇੱਕ ਫਰਦ ਵਿੱਚ ਕੱਚਾ ਨਾਮ ਪੱਕਾ ਨਾਮ ਕਿਵੇਂ ਕਰਵਾ ਸਕਦੇ ਆ ਕੱਚਾ ਨਾਮ ਪੱਕਾ ਨਾਮ ਇਹ ਤਾਂ ਕੋਈ ਮੇਰੀ ਤਾਂ ਕੋਈ ਸਮਝ ਤੋਂ ਬਾਹਰ ਹੈ ਕੋਈ ਗੱਲੇ ਨਹੀਂ ਬਣਦੀ ਕੱਚਾ ਨਾਮ ਪੱਕਾ ਨਾਮ ਨਾਮ ਤਾਂ ਬੰਦੇ ਦਾ ਇੱਕ ਹੀ ਹੁੰਦਾ ਨਾ ਜਦੋਂ ਜਿਵੇਂ ਇਹ ਹੋਵੇ ਵੀ ਕੋਈ ਜਿਹੜੇ ਮੈਂ ਘਰ ਚ ਨਾਮ ਲੈਂਦੇ ਨੇ ਨਹੀਂ ਉਹ ਨੌਂ ਲਿਖਾਉ ਹੀ ਨਹੀਂ ਆਪਾਂ ਕੱਚਾ ਜਦੋਂ ਆਪਾਂ ਕੋਈ ਜ਼ਮੀਨ ਖਰੀਦਦੇ ਆ ਉਸ ਟਾਈਮ ਨੌਂ ਹੀ ਲਿਖਾਉ ਜਿਹੜਾ ਧਾਰਕਾ ਤੇ ਆਪਣਾ ਹਾਂ ਮਤਲਬ ਸਾਰੇ ਬਿਲਡ ਹਾਂ ਜਿਹੜਾ ਬਿਲਡ ਹਾਂ ਬਿਲਡ ਜਿਹਦੇ ਪ੍ਰੂਫ ਨੇ ਆਪਣੇ ਉਹ ਨੌਂ ਲਿਖਾਉ ਆਪਾਂ ਕੱਚਾ ਨੌਂ ਲਿਖਾਉਂਦੇ ਕਿਉਂ ਆ ਇਹ ਕਿਸੇ ਨੇ ਕੱਚਾ ਨੌਂ ਲਿਖਾਇਆ ਤਾਂ ਉਹ ਗਲਤੀ ਹੈ ਠੀਕ ਕਿ ਚਨਾਉਤੇ ਲਿਖਾਇਆ ਤਾਂ ਉਹਦੇ ਨਾਂ ਦੇ ਆਪਣੇ ਪ੍ਰੂਫ ਹੈ ਨਹੀਂ ਕੱਲ ਨੂੰ ਆਪਾਂ ਨੂੰ ਵੇਚਣੀ ਪੈਣੀ ਕਿਵੇਂ ਵੇਚਾਂਗੇ ਉਹਦਾ ਹੱਲ ਨਹੀਂ ਇੱਥੇ ਜਦੋਂ ਆਪਾਂ ਵਸੀਤ ਕਰਾਉਂਦੇ ਆਂ ਕਈ ਵਾਰੀ ਮਾਪੇ ਜਦੋਂ ਵਸੀਤ ਕਰਾਉਂਦੇ ਆਂ ਨਾ ਉਸ ਟਾਈਮ ਉਹਨਾਂ ਨੂੰ ਪੱਕਾ ਨਾਂ ਕਈ ਵਾਰੀ ਦਿਮਾਗ 'ਚ ਨਹੀਂ ਹੁੰਦਾ ਜਿਹੜਾ ਨਾਂ ਆਮ ਰੁਟੀਨ 'ਚ ਘਰ 'ਚ ਲੈਂਦੇ ਨੇ ਉਹੀ ਨਾਂ ਲਿਖਾ ਆਂਦੇ ਨੇ ਉੱਚ ਫਿਰ ਪ੍ਰੋਬਲਮ ਆਉਂਦੀ ਹੈ ਜੀ ਜੀ ਉਸ ਟਾਈਮ ਜਿੰਨੇ ਬਹੁਤ ਧਿਆਨ ਨਾਲ ਵਸੀਤ ਕਰਾਉਣੀ ਚਾਹੀਦੀ ਹੈ ਤਾਂ ਕਿ ਜਿਹੜੇ ਉਹਦੇ ਆਧਾਰ ਕਾਰਡ 'ਚ ਨਾਂ ਨੇ ਉਹੀ ਨਾਂ ਲਿਖਾਇਆ ਜਾਵੇ ਉਹ ਸਹੀ ਨਾਮ ਸਾਰਾ ਡਾਟਾ